ਸਾਰੀਆਂ ਸੰਗਤਾਂ ਨੂੰ ਇਲਾਹੀ ਅਤੇ ਪਵਿੱਤਰ ਪ੍ਰਮਾਣ ਸੁਣਾ ਕੇ ਕਿਰਪਾ ਕਰੋ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ, ਰਹਿੰਦੇ ਸਿੱਖਾਂ ਸੇਵਕਾਂ ਦੇ ਕਾਰਜ ਅੰਗ ਸੰਗ ਹੋ ਕੇ ਸੰਪੂਰਨ ਕਰਾ ਲੈਣੇ, ਆਪ ਜੀ ਦੇ ਦਰ 'ਤੇ ਜੋ ਜੀ ਚੱਲ ਕੇ ਆਵੇ ਮਨ ਮੰਗੀਆਂ ਮੁਰਾਦਾਂ ਪਾਵੇ, ਅੜੇ ਸਿਰ ਘੜੇ ਸਭ ਘੜੇ ਭਰੇ ਸੁੱਖ ਹੋਵੇ ਨਾਮ 'ਚ ਪਿਆਰਾ। ਦੁੱਖ ਦੇ ਵਿੱਚ ਸਾਂਝ ਪਾਈਏ ਤੇ ਦੁੱਖ ਘਟ ਜਾਂਦਾ, ਸੁੱਖ ਦੇ ਵਿੱਚ ਸਾਂਝ ਪਾਈਏ ਤਾਂ ਸੁੱਖ ਵੱਧ ਜਾਂਦਾ। ਮੈਂ ਸਮੁੱਚੀ ਸਾਧ ਸੰਗਤ ਦਾ, ਵੱਖ ਵੱਖ ਪਾਰਟੀਆਂ ਤੋਂ ਆਏ ਹੋਏ ਸੱਜਣਾਂ ਮਿੱਤਰਾਂ ਦਾ, ਸਮੁੱਚੇ ਮਾਈ ਭਾਈ ਸਮੁੱਚੀ ਸੰਗਤ ਦਾ, ਸਾਰੇ ਸਾਡੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਕਿ ਜਿਹੜੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ। ਸਾਰੇ ਸਮੁੱਚੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ। ਹੁਣ ਜ਼ਰੂਰੀ ਬੇਨਤੀ ਇੱਕ ਹੋਰ ਹੈ, ਸਾਡੇ ਪਰਿਵਾਰ ਦੀ ਮੰਨਣੀ ਜ਼ਰੂਰ ਹੈ, ਤੁਸੀਂ ਦੇਗ ਲੈਣ ਤੋਂ ਉਪਰੰਤ ਗੁਰੂ ਦਾ ਲੰਗਰ ਤਿਆਰ ਹੈ, ਸ਼ਗਨ ਵਗੈਰ ਕਿਸੇ ਨੇ ਵੀ ਜਾਣਾ ਨਹੀਂ, ਉਹ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੁੱਤੇ
ਤੇ ਸਤਿਗੁਰੂ ਜਾਊਗਾ, ਸਵਰਗ ਨੂੰ ਜਾਊਗਾ। 5 ਸਾਲ ਤੋਂ ਬਾਅਦ ਉਹਨੂੰ ਮਦਰੱਸੇ ਪੜ੍ਹਨ ਪਾਇਆ ਜਾਂਦਾ, ਫਿਰ ਉਹਦਾ ਨਕਾਹ ਕੀਤਾ ਜਾਂਦਾ। ਨਕਾਹ ਤੋਂ ਬਾਅਦ ਉਹਦੇ ਸਰੀਰ ਦਾ ਅੰਤ ਹੁੰਦਾ, ਉਹਨੂੰ ਕਬਰ ਕਬਰ ਵਿੱਚ ਪੜਨਾ ਆ ਜਾਂਦਾ। ਉਹਨਾਂ ਦੀ ਮਿੱਤਰ ਯਾਦ ਹੈ। ਇਸੇ ਤਰ੍ਹਾਂ ਹਿੰਦੂ ਵੀਰ ਸਨਾਤਨ ਧਰਮ ਦੇ ਧਾਰਮਿਕ ਜਿਹੜੇ ਲੋਕ ਨੇ, ਇਹਨਾਂ ਦੇ ਘਰੇ ਜਦੋਂ ਬੱਚਾ ਜਾਂਦਾ, ਗੁਰੂਆਂ ਪੀਰਾਂ ਰਹਿਬਰਾਂ ਧਾਰਮਿਕ ਗ੍ਰੰਥਾਂ ਦੀ ਦੱਸੀ ਹੋਈ ਸੋਝੀ ਸਮਰਥ ਧਾਰਨ ਕਰਕੇ ਉਹਦੇ ਅਨੁਸਾਰ ਬੱਚਾ ਜਦੋਂ ਜਨਮ ਲੈਂਦਾ, ਜਨਮ ਤੋਂ 7 ਸਾਲ ਦੇ ਨੂੰ ਪੜ੍ਹਨ ਪਾਇਆ ਜਾਂਦਾ, ਪਾਠਸ਼ਾਲਾ ਦੇ ਵਿੱਚ ਭੇਜਿਆ ਜਾਂਦਾ ਅਤੇ 9 ਸਾਲ ਦੇ ਵਿੱਚ ਨਹੀਂ ਪਾਇਆ ਜਾਂਦਾ। ਇਸ ਜਿਹੜੇ ਸਨਾਤਨ ਹਿੰਦੂ ਧਰਮ ਦੇ ਧਾਰਮਿਕ ਵੀਰ ਨੇ, ਜਿਹੜੇ ਵਧੀਆ ਉਸ ਧਰਮ ਨੂੰ ਚੰਗਾ ਪੜ੍ਹਿਆ ਜਾਣਦੇ ਨੇ, ਉਹਨਾਂ ਨੂੰ ਪਤਾ ਇਸ ਗੱਲ ਦਾ 9 ਸਾਲ ਦੇ ਵਿੱਚ ਨਹੀਂ ਪਾਇਆ ਜਾਂਦਾ। ਧੋਤੀ ਟੋਪੀ ਗਾਇਤਰੀ ਸੰਧਿਆ ਤਰਪਣ ਉਹਨੂੰ ਕਰਾਇਆ ਜਾਂਦਾ। ਅਤੇ ਇਸੇ ਤਰ੍ਹਾਂ ਉਹ ਮਿੱਤ ਮਰਯਾਦਾ ਮੰਦਰ ਜਾਂਦਾ, ਸਿਰ ਦੁਆਲੇ ਜਾਂਦਾ, ਠਾਕੁਰ ਪੂਜਾ ਕਰਦਾ, ਵੱਡਾ ਹੁੰਦਾ, ਉਹਦੇ ਫੇਰੇ ਕੀਤੇ ਜਾਂਦੇ ਆ, ਫੇਰੇ ਕੀਤੇ ਜਾਂਦੇ ਆ, ਉਹਨੂੰ ਅਸੀਂ ਵਿਆਹ ਕਹਿ ਦਿੰਦੇ ਹਾਂ, ਸ਼ਾਦੀ ਵੀ ਕਹਿ ਦਿੰਦੇ ਹਾਂ, ਇੰਗਲਿਸ਼ 'ਚ ਮੈਰਿਜ ਕਹਿ ਦਿੰਦੇ ਹਾਂ। ਵਿਆਹ ਤੋਂ ਬਾਅਦ ਉਹਦੇ ਸਰੀਰ ਦਾ ਅੰਤ ਹੁੰਦਾ, ਉਹਨੂੰ ਸਾਧ ਸੰਤ ਜੀ ਉਹ ਸਰੀਰ ਨੂੰ ਸਾਡੇ ਦੇਸ਼ ਦੇ ਵਿੱਚ 3 ਭਾਗਾਂ ਵਿੱਚ ਵੰਡ ਕੇ ਉਹਦਾ ਅੰਤਮ ਸੰਸਕਾਰ ਕੀਤਾ ਜਾਂਦਾ। ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦਾ, ਕੋਈ ਕਾਮਾ ਮੁੱਤਿਆਂ ਨੂੰ ਪਾ ਦਿੰਦਾ, ਕੋਈ ਅਗਨ ਭੇਟ ਕਰ ਦਿੰਦਾ, ਜਿਹਨੂੰ ਗੁਰੂ ਸਾਹਿਬ ਆਪ ਦੱਸਦੇ ਵੀ 3 ਸੰਨਿਆਂ ਕਰ ਦੇਹੀ ਕਿੰਨੀ ਜਲ ਕੂਕਰ ਭਸਮੇ ਹੀ ਭਸਮ ਹੋਣਾ ਭਾਵ ਕੇ ਅਗਨੇ ਵਿਸਾਰ ਦੇ। ਇਸੇ ਤਰ੍ਹਾਂ ਸਾਡੇ ਸਿੱਖ ਧਰਮ ਨੂੰ ਤਕਰੀਬਨ 550 ਸਾਲ ਹੋਣ ਵਾਲਾ, ਅਗਲੇ ਸਾਲ 2019 ਦੇ ਵਿੱਚ 550 ਸਾਲ ਹੋਊਗਾ। ਸਾਡੇ ਧਰਮ ਦੇ ਬਾਨੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਨੇ ਸਾਡੇ ਲਈ ਨਿੱਤ ਮਰਯਾਦਾ ਪੂਰੀ ਤਿਆਰ ਕਰਨ ਦੇ ਲਈ ਪੂਰੀ 10 ਜਾਮੇ ਧਾਰਨ ਕੀਤੇ। 10 ਜਾਮੇ ਜਦੋਂ ਧਾਰਨ ਕੀਤੇ, 10ਵੇਂ ਜਾਮੇ ਆ ਕੇ 30 ਮਾਰਚ 1699 ਦੀ ਇੱਕ ਵਿਸਾਖ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਜਦੋਂ ਸਿਰਜਣਾ ਕਰਦੇ ਆ, 5 ਪਿਆਰਿਆਂ ਦੀ ਸਿਰਜਣਾ ਚੋਣ ਕਰਕੇ, ਫਿਰ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਨੂੰ ਸੰਸਕਾਰ ਕਰ ਦੱਸਦੇ ਆ ਕਿ ਸਿੱਖਾਂ ਤੇ ਜੋ ਸੰਸਕਾਰ ਕਿੰਨੇ ਆ, ਸਾਡੇ 5 ਸੰਸਕਾਰਾਂ 'ਤੇ ਮੋਹਰ ਲਾ ਕੇ ਗੁਰੂ ਸਾਹਿਬ ਨੇ 5 ਸੰਸਕਾਰਾਂ 'ਤੇ। ਪਹਿਲਾ ਜਨਮ ਹੋ ਜਾਣਾ ਜਨਮ ਸੰਸਕਾਰ ਹੈ, ਕਿਉਂਕਿ ਜਨਮ ਸੰਸਕਾਰ ਦੀ ਵੀ ਇੱਕ ਮਿੱਤ ਮਰਯਾਦਾ। ਜਦੋਂ ਕੋਈ ਸਿੱਖਾਂ ਦੇ ਘਰ ਵਿੱਚ ਬੱਚਾ ਜਨਮਦਾ ਨਾ, ਉਦੋਂ ਸਤ ਸੰਤ ਜੀ ਉਹ ਸਰਬਗੁਰੂ ਦੇ ਬਾਟੇ ਵਿੱਚ 5 ਪਤਾਸੇ ਪਾ ਕੇ, ਜਪਜੀ ਸਾਹਿਬ ਦਾ ਪਾਠ, ਚੌਪੀ ਸਾਹਿਬ ਦਾ, 6 ਪੌੜੀ ਆਨੰਦ ਸਾਹਿਬ ਦਾ ਜਾਪ ਕਰਕੇ ਉਹ ਬੱਚੇ ਦੇ ਮੂੰਹ ਵਿੱਚ ਕਿਰਪਾਨ ਦੀ, ਸਰਬਲੋਹ ਦੀ ਕਿਰਪਾਨ ਦੀ ਨੋਕ ਨਾਲ ਬੂੰਦਾਂ ਪੈਂਦੀਆਂ ਹੁੰਦੀਆਂ, ਉਹਨੂੰ ਅਸੀਂ ਜਨਮ ਸੰਸਕਾਰ ਕਹਿੰਦੇ ਹਾਂ। ਜਨਮ ਤੋਂ ਬਾਅਦ ਸੰਸਾਰ ਦੀ ਪ੍ਰਕਿਰਤੀ ਦੀ ਸੋਚੀ ਹੋਣੀ, ਉਹਨੂੰ ਅਸੀਂ ਵਿਦਿਆ ਸੰਸਕਾਰ ਕਹਿੰਦੇ ਹਾਂ। ਗਿਆਨ, ਬਾਹਰਲਾ ਗਿਆਨ ਵੀ ਮਨੁੱਖ ਨੂੰ ਜ਼ਰੂਰੀ ਹੈ, ਪੜ੍ਹਾਈ, ਵਿੱਦਿਆ, ਹੁਨਰ, ਤਜਰਬੇ, ਵਿੱਦਿਆ। ਤੀਜਾ ਆਪਣੇ ਧਰਮ ਵਿੱਚ ਦਾਖਲਾ ਲੈ ਲੈਣਾ, ਅੰਮ੍ਰਿਤ ਛਕ ਲੈਣਾ, ਉਹਨੂੰ ਅਸੀਂ ਅੰਮ੍ਰਿਤ ਸੰਸਕਾਰ ਕਹਿੰਦੇ ਹਾਂ। 3 ਹੋ ਗਏ ਨਾ, ਪਹਿਲਾ ਜਨਮ ਸੰਸਕਾਰ, ਦੂਜਾ ਵਿੱਦਿਆ ਸੰਸਕਾਰ, ਤੀਜਾ ਅੰਮ੍ਰਿਤ ਸੰਸਕਾਰ। ਸਨਾਤਨ ਧਰਮ ਨੇ 4 ਅਰਸ਼ ਮੰਨੇ ਨੇ ਜ਼ਿੰਦਗੀ ਦੀਆਂ 4 ਸਟੇਜਾਂ। 25 ਸਾਲ ਦੀ ਉਮਰ ਤੱਕ ਬ੍ਰਹਮਚਰਜ ਧਾਰਨ ਕਰਨਾ, 50 ਸਾਲ ਦੀ ਉਮਰ ਤੱਕ ਗ੍ਰਿਹਸਥ ਆਸ਼ਰਮ, 75 ਸਾਲ ਦੀ ਉਮਰ ਤੱਕ ਬਾਣਪ੍ਰਸਥ, 100 ਸਾਲ ਦੀ ਉਮਰ ਤੱਕ ਸੰਨਿਆਸ। ਇਹ 4 ਆਸ਼ਰਮ ਨੇ। ਦੁਬਾਰਾ ਫਿਰ ਮੈਂ ਤੁਹਾਨੂੰ ਚੇਤਾ ਕਰਾਵਾਂ,
ब्रह्मचर्य गृहस्थ वानप्रस्थ ते संन्यास। पर साडे गुरु ने गृहस्थ आश्रम नूं वी ज्ञान में ज्ञान ध्यान में ध्यान मतलब सत्व धर्म है गृहस्थ प्रधान राज में राज योग में योगी तप में तपीसर गृहस्थ में भोग सात संजियो चौथा संस्कार है जिन्हों से ब्याह संस्कार कहते हैं आनंद कारक संस्कार कहते हैं ये चौथा फिर द्वारे सुने जन्म संस्कार विद्या संस्कार अमृत संस्कार पंच प्यारे दफ्तर के बाटे की अमृत भी कौन लै दिए फिर आनंद कारक होया ये चौथा संस्कार है। पांचवा संस्कार है अंतम संस्कार शरीर के श्वास पूरे हो जाने शरीर के जो श्वास पूरे हो जाने उदो असी मित्र मर्यादा गुरमुख के अनुसार नहाने कि भाई पूरा हो गया चढ़ाई कर गया प्राणी अंतम संस्कार की कि मित्र मर्यादा है। अज असी संसार योग जथेदार भोला सिंह जी सपुत्र बापू तीर्थ सिंह जी और पहला भी छोटी उम्र दो भरा विछोड़ा दे गए मेरे अति संसार जो सारे के हरमन प्यारे सरदार विचित्र सिंह जी सतनाम साहब सरदार भजन सिंह जी भजन सिंह का मैं अभी पता लग्या कि मैं पता नहीं कि वह भी पूरे हो गए। अज असी सात संघ जो सत्कार योग सरदार भोला सिंह जी नंबरदार उन्होंने अंतम संस्कार असी भोग भी कह दें असी दशहरा भी कह दें अरदास समागम भी कह दें श्रद्धांजलि समारोह भी कह दें अंतम संस्कार भी कह दें नाम सारे को ही आम आम प्रचल करन के भोग से जाना है उन्होंने अंतम संस्कार के पत्र हो पिछों सात संगत उन्होंने धर्म सपत्नी माता वचन कौर उन्होंने सत्कार योग भरावान के परिवार सरदार विजेंद्र सिंह जी सरपंच का परिवार है और सरदार भजन सिंह जी का परिवार है सारा मौजूदा जो परिवार की अगवाई कर रहे हैं सरदार सुरजीत सिंह जी और सरदार भोला सिंह जी के सपुत्र सरदार गुरजीत सिंह सतपाल सिंह रेशम सिंह सारे परिवार वालों अपने सत्कार योग जथेदार सरदार भोला सिंह जी ने अज असी अंतम संस्कार के कत्र हो उन्होंने याद में जुड़े मैं भी शाम को दसिया परिवार ने सत्संग जो प्यार बंडन वाले से वो प्रेम वाले से वो मेहनती से खैर जो असी गुरबाणी पढ़ा ना गुरु नानक देव महाराज ने आसा की वार की बीवी पौड़ी के बचन लिखे ने एक एक बचन कमाल है मैं थोड़े तो न संखेप व्याख्या का वर्णन करूँगा गुरु साहब के वचन अनुसार महाराज कहते आपे ही कर मांगी आपे ही कहारी है देखा है कि अपना घर कच्ची पक्की सारी है जो आया सो चल सी सब कोई आई बारी है जिसके जी प्राण है क्यों साहिब मनो वसारी है अपन हथी अपना आपे ही खाप सवारी है। ये पांच छे पंक्तियों की कौड़ी है पर ये बड़ा कुछ मेरे प्रीतम ने छुपा के पहली पंक्ति आपे ही करना क्यों कल आपे ही कटारी है हे परमात्मा जिहड़ी सृष्टि की रचना की है ना ये तो आप रचना की है जी आपी ने आप साजो आपी ने रचियो ना आपे ही कल कर कल हर चीज न बना के तू अपनी ताकत सता रखी हुई है भावें बनस्पत है भावें समुद्र ने भावें पहाड़ ने चंद्रमा सूरज दिन रात जो भी है धरती आकाश पताल है जो भी है ये तू आप वसया है आपे ही करना की हो कल आपे ही कहारी है तो फिर तू सारे मालिक बन गया ना देखा है कि अपना घर कच्ची पक्की सारी है तुम घर माली रख लेते हो ना बगीची खेत कोई बाग लाने माली रखे होंगे
ਉਹ ਮਾਲੀ ਜਦੋਂ ਪਨੀਰੀ ਨੂੰ ਤਿਆਰ ਕਰਦਾ ਨਾ, ਉੱਠ ਉੱਠ ਕੇ ਲਾਉਂਦਾ, ਉਹ ਸਤਸੰਗ ਜੋ ਮਾਲੀ ਹੈ ਸਾਡਾ, ਮਾਲੀ ਸਾਡਾ ਪਰਮਾਤਮਾ, ਅਸੀਂ ਉਹਦੀ ਫਲਵਾੜੀ ਹੈ, ਬਗੀਚੀ ਹੈ, ਉਹਦੀ ਮਰਜ਼ੀ ਹੈ। ਉਹ ਜਿਹੜੇ ਫੁੱਲ ਨੂੰ ਮਰਜ਼ੀ, ਜਿਹੜੇ ਪੌਦੇ ਨੂੰ ਮਰਜ਼ੀ, ਜਿਹਨੂੰ ਪੇੜ ਨੂੰ ਪੁੱਟੇ, ਕਿਸੇ ਨੂੰ ਰੱਖੇ, ਕਿਸੇ ਨੂੰ ਛੱਡੇ, ਉਹਦੀ ਮਰਜ਼ੀ ਹੈ। ਅਸੀਂ ਫੁਲਵਾੜੀ ਹਾਂ, ਮੇਰਾ ਪ੍ਰਭ ਮਾਲੀ ਹੈ, ਸਤਸੰਗ ਇਹ ਮਾਲੀ ਦੀ ਮਰਜ਼ੀ ਹੈ। ਮੈਂ ਤੁਹਾਡੇ ਨਾਲ ਸ਼ਬਦ ਵੀ ਇਹੋ ਹੀ ਬੜੇ ਬਸ ਵੱਧ ਸ਼੍ਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਧਨ ਜੋਗਨ ਅਰ ਫੁੱਲੜਾ, ਧਨ ਦਾ ਰਹਿਣਾ, ਜਵਾਨੀ ਦਾ ਰਹਿਣਾ ਅਤੇ ਫੁੱਲਾਂ ਦਾ ਰਹਿਣਾ। ਇਹ ਫੁੱਲ ਸਤਸੰਗ ਜੀ ਹੋ, ਸਾਡੇ ਦੇਸ਼ ਵਿੱਚ 6 ਰੁੱਤਾਂ ਨੇ, ਹਰ 2 ਮਹੀਨਿਆਂ ਬਾਅਦ ਰੁੱਤ ਬਦਲਦੀ ਹੈ। ਹੁਣ ਜਿਹੜੀ ਰੁੱਤ ਜਿੱਦੇ ਅੱਜ 3 ਜੇਠ ਹੋ ਗਿਆ ਸਤਸੰਗ ਜੀ, ਔਰ ਅੱਜ 4 ਜੇਠ ਹੋ ਗਿਆ, ਜਿੱਦੇ 1 ਜੇਠ ਹੋਇਆ ਉਹਦੇ ਗਰੀਕਮ ਰੁੱਤ ਸ਼ੁਰੂ ਹੋ ਗਈ, ਗਰਮੀ ਦੀ ਤਪਸ਼ ਦੀ ਰੁੱਤ, ਬਹੁਤ ਤਪਸ਼ ਹੁੰਦਾ 2 ਮਹੀਨੇ ਜੇਠ ਅਤੇ ਹਾੜ, ਇਹਨੂੰ ਗਰੀਕਮ ਦੀ ਰੁੱਤ ਕਹਿੰਦੇ ਆ। ਬਸਾਖ ਦਾ ਮਹੀਨਾ ਸੀ, ਉਹ ਹੈ ਸਤਸੰਗ ਜੀ ਬਸੰਤ ਰੁੱਤ, ਬਸੰਤ ਰੁੱਤ ਸਮਾਪਤ ਹੋ ਗਈ। ਬਸੰਤ ਰੁੱਤ ਦੇ ਵਿੱਚ ਕਿੰਨੇ ਸੋਹਣੇ ਫੁੱਲ ਖਿੜਦੇ ਆ, ਜਦੋਂ ਗਰਮੀ ਦੀ ਤਪਸ਼ ਦੀ ਰੁੱਤ ਦੇਖ ਲਓ, ਟੋਬਿਆਂ ਦੇ ਪੱਤਣਾਂ ਦਾ ਪਾਣੀ ਸੁਕਾ ਦਿੰਦੀ ਹੈ, ਇਹ ਜਦੋਂ ਚਮਕੀ ਹੁੰਦੀ ਹੈ, ਤੱਤੀ ਰੋ ਚੱਲਦੀ ਹੈ ਨਾ, ਸ਼ਾਮ ਨੂੰ 2-2 ਫੁੱਟ ਟੋਬਿਆਂ ਦਾ ਪਾਣੀ ਉਤਰਿਆ ਪਿਆ ਹੋਇਆ, ਇੰਨੀ ਖੁਸ਼ਕ ਹਵਾ ਹੁੰਦੀ। ਜਿਵੇਂ ਬਸੰਤ ਦੇ ਖਿੜੇ ਹੋਏ ਫੁੱਲਾਂ ਦੇ ਉੱਤੇ ਗਰੀਕਮ ਰੁੱਤ ਦੀ ਤਪਸ਼ ਦੀ ਹਵਾ ਚੱਲਦੀ ਹੈ, ਫੁੱਲ ਮੁਰਝਾ ਜਾਂਦੇ ਨੇ, ਇਸੇ ਤਰ੍ਹਾਂ ਸਾਈਂ ਕਹਿੰਦੇ ਨੇ, ਧਨ ਦਾ ਰਹਿਣਾ, ਜਵਾਨੀ ਦਾ ਰਹਿਣਾ, ਫੁੱਲਾਂ ਦਾ ਰਹਿਣਾ, ਤੇਰੇ ਜਵਾਨੀ ਦੇ ਫੁੱਲਾਂ ਦੇ ਉੱਤੇ ਮੌਤ ਰੂਪੀ ਗਰੀਕਮ ਰੁੱਤ ਦੀ ਹਵਾ ਚੱਲਦੀ ਹੈ, ਤੱਤੀ ਇਹਨਾਂ ਨੇ ਮੁਰਝਾ ਜਾਣਾ, ਧਨ ਦਾ ਰਹਿਣਾ। ਬਹੁਤੀ ਮਾਇਆ ਬੰਦੇ ਕੋਲ ਸਰੀਰ ਘਾਲ ਨਹੀਂ ਰਹਿੰਦੀ, ਕਦੀ ਹਾਥੀ ਘੋੜੇ ਸਲਾਮਾਂ ਕਰਦੇ ਸੀ, ਕਦੀ ਡਿਊਟੀ ਬਰਦਾਰ ਆਪ ਦਰਵਾਜ਼ੇ ਖੋਲ੍ਹਦੇ ਸੀ, ਕਦੀ ਕਿੰਨੇ ਕਿੰਨੇ ਗਨਮੈਨ, ਕਿੰਨੇ ਕਿੰਨੇ ਸਤਸੰਗ ਪਹਿਰੇਦਾਰ ਖੜ੍ਹੇ ਹੁੰਦੇ ਸੀ, ਕਦੀ ਉਹੀ ਭੀਖ ਮੰਗਦੇ ਸੀ ਸਤਸੰਗ, ਉਹੀ ਪੁਰਾਣੀ ਸੀ ਜਿਹਨਾਂ ਦੀ ਉਡੀਕ ਦੇ ਖੜ੍ਹਦੇ, ਇਹ ਤਾਂ ਦਾਤੇ ਦੇ ਰੰਗ ਨੇ ਨਾ। ਧਨ ਦਾ ਰਹਿਣਾ, ਜਵਾਨੀ ਦਾ ਰਹਿਣਾ, ਜਵਾਨੀ ਤੇਰੀ ਪਤਾ ਕਿੰਨੇ ਜਾਂਦੀ ਹੈ, ਤੇਰੀ ਲੰਘਦੀ ਜਵਾਨੀ ਦਾ ਤੈਨੂੰ ਪਤਾ ਨਹੀਂ ਹੋਇਆ ਕਿਵੇਂ ਜਾਂਦੀ ਹੈ ਇਹ। ਜੇ ਜਵਾਨੀ ਯਾਦ ਕਰਨੀ ਹੋਵੇ ਨਾ, ਤਾਂ ਫਿਰ ਸਾਧ ਸੰਗਤ ਜਿਹੜੀਆਂ ਪਹਾੜੀਆਂ 'ਤੇ 20 ਸਾਲ ਪਹਿਲਾਂ ਚੜ੍ਹਿਆ ਸੀ ਨਾ, ਜਿੱਥੇ 25 ਤੋਂ 30 ਸਾਲਾਂ ਦੀ ਉਮਰ ਸੀ, 25 ਤੋਂ 35 ਸਾਲ ਦੀ ਉਮਰ ਤੱਕ 10 ਸਾਲ ਦੇ ਅਰਸੇ ਵਿੱਚ, ਅੱਗੇ 60 ਸਾਲ ਦੀ ਉਮਰ, 55 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹਨੂੰ ਚੇਤਾ ਕਰੇਗਾ ਨਾ, ਚੇਤਾ ਹੋਊਗਾ ਮਨਾਂ ਤੇਰੇ ਸਰੀਰ ਵਿੱਚ ਕਿੰਨਾ ਬਲ ਸੀ, ਤੂੰ ਉੜਦੇ ਪੰਛੀ ਨੂੰ ਸਾਧ ਸੰਗੀ ਆਕਾਸ਼ ਦੇ ਉੱਤੇ ਖੜਾ ਲੈਂਦਾ ਸੀ, ਕਬੂਤਰਾਂ ਦੀ ਸ਼ਾਮ 'ਚ ਜਾਂਦੇ ਸੀ, ਕਮਾਲ ਹੋ ਗਿਆ ਜੋ ਕਿ ਹੋ ਗਿਆ। ਧਨ ਦਾ ਰਹਿਣਾ, ਜਵਾਨੀ ਦਾ ਰਹਿਣਾ ਅਤੇ ਫੁੱਲਾਂ ਦਾ ਰਹਿਣਾ, ਇਹ ਤਿੰਨੇ ਸਦਾ ਨਹੀਂ ਰਹਿੰਦੇ। ਧਨ ਜੋਗਨ ਔਰ ਫੁੱਲੜਾ, ਨਾਢੀ ਵਾਲੇ ਦਿਨ ਚਾਰ ਕੁ ਦਿਨਾਂ ਦੀ ਹੈ, ਥੋੜ੍ਹੇ ਦਿਨਾਂ ਦੇ ਵਿੱਚ ਚਲਿਆ ਜਾਂਦਾ। ਤੁਸੀਂ ਆਮ ਬਸੰਤ ਦੇ ਰੁੱਖ ਦੇ ਫੁੱਲ ਦੇਖਦੇ ਹੋ, ਜਵਾਨੀਆਂ ਦੇਖਦੇ ਹੋ, ਕਿਵੇਂ ਸਤਸੰਗ ਜੀ ਉਹ ਚਲੀਆਂ ਜਾਂਦੀਆਂ ਸਾਡੇ ਕੋਲ। ਧਨ ਜੋਗਨ ਪ੍ਰਭਤਾ ਕੈ ਮਦਮੈ ਇਹ ਨਿਸਰਹਿ ਦਿਵਾਨਾ, ਕਹਿੰਦੇ ਧਨ ਦੀ, ਜਵਾਨੀ ਦੀ ਅਤੇ ਸਤਸੰਗ ਜੀ ਉਹ ਰਾਜ ਸਤਾ ਦੀ ਇੰਨੀ ਤੈਨੂੰ ਸਤਸੰਗ ਜੀ ਉਹ ਨਸ਼ੇ ਦੀ ਅੱਤ ਹੋ ਰਹੀ ਹੈ, ਅੱਤ ਹੋ ਰਹੀ ਹੈ, ਇਹਦੇ ਵਿੱਚ ਤੂੰ ਰੱਬ ਨੂੰ ਭੁੱਲਿਆ। ਧਨ ਜੋਗਨ ਪ੍ਰਭ ਤਾਂ ਕੇ ਮਦਮੈ ਇਹ ਨਿਸ ਰਹਿ ਦਿਵਾਨਾ, ਦਿਨ ਰਾਤ ਪਾਗਲ ਹੋ ਗਿਆ, ਫਿਰ ਤੱਕ ਮੌਤ ਚੇਤੇ ਨਹੀਂ ਹੈ, ਭੁੱਲਿਆ ਭੁੱਲਿਆ ਫਿਰਦਾ। ਧਨ ਜੋਗਨ ਯਾਰ ਫੁੱਲੜਾ ਨਾਠੀ ਵਾਲੇ ਦਿਨ ਚਾਰ ਪੱਬਣ ਕੇਰੇ ਪੱਤ ਜਿਉਂ, ਇੱਕ ਪੱਬਰ ਪਾਠ ਲਾਉਂਦਾ ਗੁਰੂ ਗ੍ਰੰਥ ਸਾਹਿਬ, ਪੱਬਰ ਤੂੰ ਹਰਿਆਲਾ ਹਰਿਆ ਭਰਿਆ ਸੁੰਦਰ, ਇੱਕ ਸਾਗਰ ਸੀ, ਸਰੋਵਰ ਸੀ, ਝੀਲ ਸੀ, ਉਹਦੇ ਵਿੱਚ ਕਮਲ ਦੇ ਫੁੱਲ ਸੀ, ਪੱਬਰ ਕਹਿੰਦੇ ਹਨ। ਪੱਬਣ ਕੇਰੇ ਪੱਤ ਜਿਉਂ,
ढल ढुल चुमन हार जदों हड़ आउंदे ना हड़ दरियावां दा पानी चढ़ के आउंदा ਉਹ ਹੜ੍ਹ ਚੁੱਕ ਚੁੱਕ ਕੇ ਰੇਤੇ ਨੂੰ ਉਹਦੇ ਢਾਹੇ ਕੰਢਿਆਂ 'ਤੇ ਲਾ ਦਿੰਦੇ ਆ ਰੇਤਾ ਉਹ ਰੇਤੇ ਦੇ ਉੱਤੇ ਇੱਕ ਕੰਡਿਆਲੀ ਹਰੀ ਹੁੰਦੀ ਹੈ ਸਤਸੰਗ ਜੀ ਉਹ ਕੁਝ ਕੁ ਦਿਨਾਂ ਦੀ ਹੁੰਦੀ ਉਹਦੇ ਫੁੱਲ ਬੜੇ ਸੋਹਣੇ ਹੁੰਦੇ ਆ ਤੁਸੀਂ ਕਦੇ ਦਰਿਆਵਾਂ 'ਤੇ ਦੇਖੋਗੇ ਉਹ ਕੰਡਿਆਲੀ ਹੁੰਦੀ ਆ ਫੁੱਲ ਥੋੜ੍ਹੇ ਦਿਨਾਂ ਦੇ ਹੁੰਦੇ ਆ ਉਹ ਰੇਤੇ ਦੇ ਉੱਤੇ ਹੁੰਦੀ ਹੈ ਪੱਬਣ ਕੇਰੇ ਪੱਤ ਜਾਓ ਜਿਵੇਂ ਸਮੁੰਦਰਾਂ ਦਾ ਉਹ ਵੱਖਰੀ ਗੱਲ ਹੈ ਕਿ ਬੰਦੇ ਦੀ ਜਿਹੜੀ ਤ੍ਰਿਸ਼ਨਾ ਹੈ ਨਾ ਅੰਦਰ ਇਹ ਤ੍ਰਿਸ਼ਨਾ ਸਾਧ ਸੰਗ ਜੀ ਉਹ ਜਵਾਨ ਹੁੰਦੀ ਜਾਂਦੀ ਹੈ ਦਿਨ ਪਰ ਦਿਨ ਜਵਾਨ ਪਰ ਸਰੀਰ ਕਮਜ਼ੋਰ ਹੁੰਦਾ ਲੋਕ ਤਨ ਜੋਬਨੇ ਅਰ ਫੁੱਲੜਾ ਨਾਠੀ ਵਾਲੇ ਦਿਨ ਚਾਰ ਪੱਪਣ ਕੇਰੇ ਪੱਤ ਜਾਂ ਇਹ ਜਵਾਨੀ ਦਾ ਹਲਾਰਾ ਆਇਆ ਕੁਝ ਕੁ ਸਮੇਂ ਲਈ ਹੈ ਕੁਝ ਘੜੀਆਂ ਅਤੇ ਦਿਨਾਂ ਲਈ ਰੰਗ ਮਾਣ ਲਿਆ ਤਿਆਰ ਹੈ ਆਪ ਦਾ ਥੋੜ੍ਹਾ ਸਵਾ ਰੰਗ ਮਾਣ ਕਰਦਾ ਆ ਗਏ ਦਿਨ ਜਵਾਨੀ ਦੇ ਦਿਨ ਬੀਤ ਗਏ ਬੜਾਪਾ ਆ ਗਿਆ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ ਅੱਜ ਕੱਪੜੇ ਹੋਰ ਪਾਏ ਕੱਲ ਨੂੰ ਹੋਰ ਹੋਣਗੇ ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਦੋ ਸਾਲ ਕੱਪੜੇ ਪਾਉਂਦਿਆਂ ਫਟ ਜਾਣਗੇ ਫਿਰ ਤਨ ਤੇ ਵਸਤਰ ਹੋਰ ਪਾਉਣਾ ਪਊਗਾ ਕੋਈ ਨਾ ਕੋਈ ਜਦੋਂ ਫਟ ਗਿਆ ਆ ਸਰੀਰ ਵੀ ਇੱਕ ਵਸਤਰ ਹੈ ਇਹਨੇ ਵੀ ਪੁਰਾਣਾ ਹੋ ਕੇ ਫਟ ਜਾਣਾ ਹੈ ਮਹਾਰਾਜ ਕੀ ਕਹਿੰਦੇ ਰੰਗ ਮਾਣ ਲੈ ਪਿਆਰਿਆਂ ਦੇ ਜੋਗ ਲੋ ਫਿਰ ਹੁਣ ਮਹਾਰਾਜ ਬਚਨ ਕਰਦੇ ਆ ਜਿਹੜੀ ਮੈਂ ਰਹਾਉ ਦੀ ਟੇਕ ਤੁਹਾਡੇ ਨਾਲ ਸ਼ਬਦ ਪੜ੍ਹੇ ਨੇ ਸੱਜਣ ਮੇਰੇ ਰੰਗ ਲੈ ਜਾਏ ਸੁਸੇ ਜੀਰਾ ਮੇਰੇ ਗੁਰੂ ਮੇਰੇ ਰੰਗ ਲੈ ਸੱਜਣ ਮੇਰੇ ਹੱਸਣ ਹਸਾਉਣ ਵਾਲੇ ਮੇਰੇ ਮਿੱਤਰ ਸੁਸੇ ਜੀਰਾਨ ਜੀਰਾਨ ਕਹਿੰਦੇ ਸ਼ਮਸ਼ਾਨ ਘਾਟ ਦੀ ਧਰਤੀ ਉਹਦੇ ਵਿੱਚ ਜਾ ਕੇ ਸੌਂਦੇ ਮੇਰੇ ਸੱਜਣ ਹੰਪੀ ਵੰਝਾਂ ਡੁੱਬਣੀ ਮੇਰੇ ਪਿਆਰੇ ਸੱਜਣਾ ਦੀ ਜਦੋਂ ਅਰਥੀ ਚੁੱਕੀ ਉਹਦਾ ਸਰੀਰ ਚੁੱਕਿਆ ਨਾ ਉਹ ਅਰਥੀ ਦੇ ਚਾਰੇ ਪਾਸੇ ਸਾਧ ਸੰਗਤ ਚੁੱਕਣ ਵਾਲੇ ਲੱਗ ਗਏ ਜਦੋਂ ਉਹ ਅਰਥੀ ਜਾ ਕੇ ਸਾਨੂੰ ਕੋਈ ਵੱਡੇ ਲੋਕ ਮੌਤ ਤੋਂ ਨਹੀਂ ਬਚ ਸਕੇ ਸਾਈ ਕਹਿੰਦੇ ਨੇ ਰਾਣਾ ਰਾਓ ਮਤ ਹੋ ਰਹਾ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਭੀਰ ਬਾਰੀ ਆਪੋ ਆਪਣੀ ਰਾਜੇ ਮਹਾਰਾਜ ਦੀ ਨੰਬਰਦਾਰ ਭੋਲਾ ਸਿੰਘ ਜੀ ਗੁਰਸਿੱਖ ਸਨ ਕਿਉਂਕਿ ਇਹ ਪਰਿਵਾਰ ਜਿਵੇਂ ਬਾਪੂ ਵਾਰਾ ਸਿੰਘ ਮੈਂ ਉਹਨਾਂ ਦਾ ਜੀਵਨ ਨਿੱਜੀ ਨੇੜਿਓਂ ਦੇਖਿਆ ਅਤੇ ਇਹਨਾਂ ਦਾ ਵਿਸਾ ਸਨ ਦੀਵਾਨ ਹੋਣੇ ਉਹਨਾਂ ਦੇ ਵਿੱਚ ਇੱਕ ਦਿਨ ਦਾ ਪ੍ਰਸ਼ਾਦਾ ਹੋਣਾ ਚਾਰੇ ਘਰਾਂ ਦੇ ਵਿੱਚ ਆਉਣਾ ਕੋਈ ਉਹਨਾਂ ਨੇ ਕਦੀ ਵੀ ਇਹ ਨਹੀਂ ਆ ਘਰਾਂ ਵਿੱਚ ਸਾਧੂ ਮਹਾਤਮਾ ਜਾਂਦੇ ਆ ਆਹ ਹੋਇਆ ਜੀ ਇਹ ਕਰੋ ਉਹਨਾਂ ਦੇ ਮੈਂ ਮੂੰਹੋਂ ਕਦੀ ਨਹੀਂ ਕੋਈ ਇੱਦਾਂ ਦਾ ਸੁਣਿਆ ਬੁਲਾ ਲੈਣ ਤਾਂ ਬੋਲ ਕਹਿੰਦੇ ਨਹੀਂ ਆਪਣੇ ਆਨੰਦ ਦੇ ਵਿੱਚ ਉਸ ਗੁਰਸਿੱਖ ਨੂੰ ਜਿਹਨੇ ਖੰਡੇ ਵਾਟੇ ਦਾ ਅੰਮ੍ਰਿਤ ਗੁਰੂ ਕਾ ਛਕਿਆ ਹੈ ਜਿਹੜਾ ਗੁਰੂ ਕਾ ਬਣਿਆ ਕੀ ਗੁਰੂ ਅੰਤ ਦੇ ਸਮੇਂ ਉਹਦੀ ਸੰਭਾਲ ਕਰਦਾ ਜਿਹੜੇ ਦੇਖੋ ਦੁੱਖ ਨੇ ਨਾ ਕਿ ਇਹ ਸਰੀਰ ਨੂੰ ਕਸ਼ਟ ਆ ਗਿਆ ਇਹ ਦੋ ਨੇਤਾ ਸਨ ਇੱਕ ਸੁੱਖ ਇੱਕ ਗਮੀ ਇੱਕ ਸ਼ਾਦੀ ਇੱਕ ਹੱਸਣਾ ਇੱਕ ਰੋਣਾ ਇੱਕ ਵਸਣਾ ਇੱਕ ਉਜੜਨਾ ਸਰੀਰ ਦੀ ਤਕਲੀਫ ਸਰੀਰ ਦਾ ਦੁੱਖ ਇਹ ਗੁਰਸਿੱਖਾਂ ਵਾਸਤੇ ਨਹੀਂ ਰੱਬ ਦੇ ਪਿਆਰੇ ਵਾਸਤੇ ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਮਹਾਰਾਜ ਦੀ ਜੰਗ ਹੋਈ ਨਾ ਸਤ ਜਿੰਦਲੀ ਮਹਾਰਾਜ ਦੇ ਮਹਾਰਾਜ ਦੀ ਜੰਗ ਰੰਗਾ ਵੇਗ ਦੀ ਮਾਰ ਸੀ ਘੁੰਮਣ ਬਾਣੀ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ ਤੈਨੂੰ ਤੀਰਤੀ ਨਹਾਉਣ ਦਾ ਲਾਂਡ ਦਾ ਜੇ ਤੂੰ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਹੈ ਆ ਕੋਈ ਵਚਨ ਇਹੋ ਗੱਲ ਕਹਿ ਕੇ ਮੈਂ ਆਨੰਦ ਸਾਹਿਬ ਪੜ੍ਹਨ ਲੱਗਣਾ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਮੇਰੇ ਪ੍ਰੀਤਮ ਦੇ ਕੋਲ ਪਰਿਵਾਰ ਆ ਗਿਆ ਆ ਕੇ ਸੱਜਣ ਨੇਤਰ ਹੋਏ ਰੋਣ ਲੱਗੇ ਗੁਰਸਿੱਖ ਵੀ ਆਏ ਮਹਾਰਾਜ ਸੱਚਖੰਡ ਨੂੰ ਚੱਲੇ ਹੋ ਮਹਾਰਾਜ ਪਰਿਵਾਰ ਨੂੰ ਵੀ ਸੱਦ ਲਿਆ ਕੋਲੇ ਤੇ ਸਾਨੂੰ ਇੱਕ ਹੁਕਮ ਕਰਕੇ ਗਏ ਜਾਂਦੇ ਜਾਂਦੇ ਹੁਕਮ ਕੀ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ
मत मैं पिछे कोई रोग सी सो मैं नूरना हाया मैनू चंगा नहीं लगता रोना। फिर महाराज की करना चाहिए सो सिख सखा बंद पह भाई जे गुरु के भाणे विच आवे अपने भाणे जो चले भाई बिछड़ चोटा ज्यों ज्यों तेरा हुक्म तिवे त्यों आपे हर एक रंग है आपे को रंगी जो तिस भावे नानका सारी गल तेरा भाणा मन लैना। परिवार दे विच सत संगियो बुजुर्गों तो लैके बापू बारा सिंह होनी मुलसा साहब जथेदार इंद्र सिंह होनी जथेदार अमरीक सिंह जी मुंडियां दी सेवा च लगदे आ ते सारा परिवार साथ संगियो और नंबरदार भोला सिंह जी सरपंच जितर सिंह जी चल गए साथी चल जीओ उन्होंने महिमा इस करके है सवेर तो ला के मैं तकरीबन 11:15 आ गया से उदों तो ला के बहुत अठ साल राजनीत धार्मिक क्योंकि परिवार का सारे नाल ही बहुत स्नेह है जथेबंदियों के वक् वक् पार्टियों के और दूरों नेड़े चल के आए रिश्तेदार संबंधी मित्र दोस्त परिवार के सदे से नंबरदार भोला सिंह जी के अंतम संस्कार से अरदास शामिल होने वास्ते एकत्र हुए समूह आईया हुई संस्था का धन्यवाद है। परिवार नाल दुख साझा किया है अपनी सारे की अरदास बेनती गुरु कृपा करे बख्शिश करे उस विछड़ी रूह में अपने चरणों में निवास बख्शे परिवार को भाणा मनण के बल बख्शे कोई भूलों चुकों की किमा करनी आओ सारी संस्था ਪੌੜੀਆਂ ਨੰਦ ਸਾਹਿਬ ਅਰਦਾਸ ਬੇਨਤੀ ਹੁਕਮਨਾਮਾ ਰਾਮ ਕਲੀ ਮਹਲਾ ਤੀਜਾ ਨੰਦ ਕੁੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ ਜਿਨੀ
ਸਖ ਬਚਾ ਨਾਨਕ ਦੇ ਮੁਖ ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਖਾਲਸਾ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਖੈ ਸਭ ਪਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੈ ਧਾਇ ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਇ ਸਹਾਇ। ਦਸੋਂ ਪਾਤਸ਼ਾਹੀਆਂ ਕੇ ਆਤਮ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਧਰਕੇ ਖਾਲਸਾ ਜੀ ਸਾਹਿਬ ਬੋਲੋ। ਪੰਜਾਂ ਤਖਤਾਂ ਸਿਮਤ ਗੁਰਦੁਆਰਿਆਂ ਗੁਰੂ ਕੇ ਧਾਮਾਂ ਸ਼ਰਨਾਂ ਜੋੜ ਕੇ ਲਿਆ ਸੋਹਣਾ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ। ਫਿਰ ਮੈਂ ਸਰਬਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਿਆਵੈ ਦਾ ਸਦਕਾ ਸਰਬ ਸੁਖ ਹੋਵੈ ਜਾ ਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਹੈ ਬਿਰਦ ਕੀ ਪੈਰ ਪੰਥੀ ਗੀਤ ਸ੍ਰੀ ਸਾਹਿਬ ਜੀ ਸਹਾਇਕ ਖਾਲਸੇ ਜੀ ਕੇ ਬੋਲ ਬਾਲੇ ਬੋਲੋ। ਆਪ ਜੀ ਦੇ ਗੁਰੂ ਸਿੱਖਾਂ ਦਾ ਮਾਨੀ ਬਾਬਾ ਤੁਰਤੀ ਕਰਨੀ ਮਾਤ ਪੱਕੇ ਰੰਗਿਆਰੇ ਗੁਰੂ ਬਖਸ਼ਣਾ ਜੀ ਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਕੇਸ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਬ੍ਰਹਮਸਤ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਸੁਨਾਹਾਨ ਚੌਕੀਆਂ ਝੰਡੇ ਪੂੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈ ਜੈ ਕਾਲ ਖਾਲਸਾ ਸਾਹਿਬ ਬੋਲੋ। ਇਹ ਅਕਾਲ ਪੁਰਖ ਆਪਣੇ ਪੰਜ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਕੋਲ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨਦਾਰ ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨੀਮਾਣਿਆਂ ਦੇ ਮਾਣ ਸਤਿਗੁਰੂ ਦੀ ਤਾਣਿਆਂ ਦੇ ਤਾਣ ਸਤਿਗੁਰੂ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਤੋਂ ਲੈ ਕੇ ਅਰਦਾਸ ਬੇਨਤੀ ਬਣਦੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਬਚਨਾਂ ਰਾਣਾ ਰਾਵਣਾ ਕੋਲ ਹੈ ਰਾਜਣਾ ਪੁੰਗ ਫਕੀਰ ਬਾਲੀ ਆਪੋ ਆਪਣੀ ਕੋਈ ਨਾ ਬੰਧਾ ਘੀਰ ਜੋ ਪਾਇਆ ਸੋ ਚਲ ਸੀ ਸਭ ਕੋਈ ਆਈ ਵਾਰੀਆ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਜਥੇਦਾਰ ਭੋਲਾ ਸਿੰਘ ਜੀ ਨੰਬਰਦਾਰ ਸੱਚੇ ਪਾਤਸ਼ਾਹ ਜੀ ਪੁੱਤਰ ਬਾਬਾ ਕੀਰ ਸਿੰਘ ਜੀ ਆਪ ਜੀ ਨੇ ਸੱਚੇ ਪਾਤਸ਼ਾਹ ਰਹਿਮਤ ਕੀਤੀ ਸੰਸਾਰ 'ਤੇ ਜਨਮ ਦਿੱਤਾ ਸਵਾਸਾਂ ਦੀ ਪੂੰਜੀ ਬਖਸ਼ੀ ਇਹ ਸਵਾਸਾਂ ਦੀ ਪੂੰਜੀ ਨੂੰ ਸੰਸਾਰ 'ਤੇ ਭੋਗਦਿਆਂ ਸੰਸਾਰ ਦੀ ਯਾਤਰਾ ਕਰਦਿਆਂ ਪਿਛਲੇ ਦਿਨੀ ਸੱਚੇ ਪਾਤਸ਼ਾਹ ਪਰਲੋਕ ਗਮਨ ਕਰ ਗਏ ਨਾਲ ਕਲਾਣ ਕਰ ਗਏ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਗੁਰਸਿੱਖ ਸੇਵਕ ਸਮਝ ਕੇ ਪਿੱਛੋਂ ਸੱਚੇ ਪਾਤਸ਼ਾਹ ਉਹਨਾਂ ਦੀ ਧਰਮ ਪਤਨੀ ਬੀਬਾ ਬਚਨ ਕੌਰ ਉਹਨਾਂ ਦੇ ਪੁੱਤਰ ਸਰਦਾਰ ਗੁਰਜੀਤ ਸਿੰਘ ਸਰਦਾਰ ਸਤਪਾਲ ਸਿੰਘ ਸਰਦਾਰ ਰੇਸ਼ਮ ਸਿੰਘ ਤਥਾ ਸਮੂਹ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਉਹ ਪਾਠ ਰਖਵਾਏ ਗਏ ਸਤਿਗੁਰ ਪਾਤਸ਼ਾਹ ਉਹਨਾਂ ਦੇ ਜੀਵਨ ਦੇ ਭਲੇ ਲਈ ਰੱਖੇ ਪਾਠ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਭੋਗਾਂ ਦੇ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਆਪ ਜੀ ਨੇ ਸੁੰਦਰ ਤਖਤਾਂ 'ਤੇ ਸੱਚੇ ਪਾਤਸ਼ਾਹ ਜੀ ਉਹ ਜਥੇਦਾਰ ਸਾਹਿਬ ਦੇ ਦੁਸਹਿਰੇ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਸੋਗ ਸਮਾਗਮ ਰੱਖੇ ਗਏ ਸੋਗ ਸਮਾਗਮਾਂ ਦੇ ਵਿੱਚ ਆਪ ਜੀ ਦੀ ਪਵਿੱਤਰ ਹਜ਼ੂਰੀ 'ਤੇ ਆਪ ਜੀ ਦੇ ਗੁਰਸਿੱਖਾਂ ਸੇਵਕਾਂ ਨੇ ਸਤਿਗੁਰੂ ਪਾਤਸ਼ਾਹ ਜੀ ਉਸ ਵਿਛੜੀ ਰੂਪ ਦੇ ਵਿਛੜੇ ਪਿਆਰੇ ਦੀ ਆਮ ਵਿੱਚ ਕੀਰਤਨ ਕਥਾ ਗੁਰਮਤਿ ਵਿਚਾਰਾਂ ਦੀਆਂ ਗੁਰਬਾਣੀ ਪੜ੍ਹਦੇ ਹਾਂ ਕੀਰਤਨ ਕਥਾ ਗੁਰਮਤਿ ਵਿਚਾਰਾਂ ਕਰਦੇ ਹਾਂ
ਬੇਅੰਤ ਭੁੱਲਾਂ ਤੁੱਟੀਆਂ ਮਿਟਾਈਆਂ ਲਗਾ ਮਾਤਰਾ ਪ੍ਰਵਤ ਲਾਗੇ ਹੋਣਗੇ। ਆਪ ਜੀ ਮਾਫ ਕਰਿਓ, ਅੱਗੇ ਤੁਸੀਂ ਬਾਣੀ ਪੜ੍ਹਨ ਦੇ ਸੇਵਾ ਕਰਨ ਦੇ ਜਾਪ ਕਰਕੇ ਬਲਬਖਸ਼ਿਓ ਗੁਰਬਾਣੀ ਬੜੀ ਸੁਣੀ ਦਾ ਪ੍ਰਭਾਵ ਆਪ ਜੀ ਦੇ ਸੇਵਕ ਸਰਦਾਰ ਭੁੱਲਾ ਸਿੰਘ ਦੇ ਜੀਵਨ ਵਿੱਚ ਸਹਾਈ ਹੋਵੇ। ਸੱਚੇ ਪਾਤਸ਼ਾਹ ਆਪ ਜੀ ਦੇ ਸੇਵਕ ਦੀਆਂ ਜ਼ਿੰਦਗੀ ਦੇ ਵਿੱਚ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾਰ ਅਨੇਕਾਂ ਭੁੱਲਾਂ ਜੀਵਨ ਬਸਰ ਕਰਦਿਆਂ ਗ੍ਰਸਤੀ ਜੀਵਨ ਵਿੱਚ ਹੋ ਗਈਆਂ ਹੋਣਗੀਆਂ। ਸਿੱਖ ਗੁਰੂ ਜੀ ਭੁੱਲਾਂ ਨਾ ਚੁਕਾਰਨੀਆਂ ਅੰਤ ਦੇ ਸਮੇਂ ਦੇ ਵਿੱਚ ਸਤਿਗੁਰ ਪਾਤਸ਼ਾਹ ਆਪਣੇ ਸੇਵਕ 'ਤੇ ਮਿਹਰ ਭਰਿਆ ਹੱਥ ਰੱਖ ਕੇ ਐਡੀਆਂ ਐਡੀਆਂ ਜੀਵਨਾਂ ਦੇ ਵਿੱਚੋਂ ਕੱਢ ਕੇ ਜੰਮਣ ਮਰਨ ਦੇ ਆਵਾ ਪਾਉਣ ਦੇ ਚੱਕਰ ਵਿੱਚੋਂ ਕੱਢ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਓ। ਸੱਚੇ ਪਾਤਸ਼ਾਹ ਪਰਿਵਾਰ ਵਿੱਚ ਪਿੱਛੇ ਅਮਰ ਦੀ ਦਾਤ ਗੁਰਸਿੱਖੀ ਜੀਵਨ ਬਜ਼ੁਰਗਾਂ ਦੇ ਵੱਡਿਆਂ ਦੇ ਸੱਚੇ ਪਾਤਸ਼ਾਹ ਪਾਏ ਪੂਰਨਿਆਂ ਦੇ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਔਲਾਦ ਨੂੰ ਸੱਚੇ ਪਾਤਸ਼ਾਹ ਭਾਈ ਭੁੱਲਾ ਸਿੰਘ ਦੇ ਪਰਿਵਾਰ ਨੂੰ ਗੁਰਮਤ ਦੇ ਰਾਹਾਂ ਦੇ ਪਾਂਧੀ ਬਣਾ ਕੇ ਜੀਵਨ ਦਾ ਬਲ ਬਖਸ਼ਣਾ। ਅੰਗ ਸੰਗ ਹੋ ਕੇ ਸਹਾਇਤਾ ਕਰਨ ਦੀਆਂ ਸਤਿਗੁਰੂ ਕਾਰੋਬਾਰਾਂ ਨੂੰ ਤਰੱਕੀਆਂ ਵਾਧੇ, ਬੱਚਿਆਂ ਦੀਆਂ ਲੰਬੀਆਂ ਉਮਰਾਂ, ਨਾਮ ਸਿਮਰਨ, ਸੇਵਾ, ਪ੍ਰੇਮਾ, ਭਗਤੀ, ਉੱਚ ਵਿੱਦਿਆ ਦੀ ਦਾਤ ਬਖਸ਼ਿਸ਼ ਕਰਨੀ, ਸਾਰੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਤਾਉਣੀ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਸੁੱਖਾਂ ਦੀ ਪ੍ਰਾਪਤੀ ਚੜ੍ਹਦੀਆਂ ਕਲਾ ਆਪਣੇ ਸੇਵਕ ਕੀ ਆਪੇ ਰੱਖਦਾ, ਆਪੇ ਨਾਮ ਜਪਾਵੈ, ਜੈ ਜੈ ਕਾਰ ਕਿਰਤ ਸੇਵਕ ਕੀ, ਤਹਾਂ ਤਹਾਂ ਉਠਾਵੈ ਸੇਵਕ ਕੋ, ਨਿਕਟੀ ਹੋਏ ਦਿਖਾਵੈ ਸੱਚੇ ਪਾਤਸ਼ਾਹ ਆਪਣੇ ਸੇਵਕ ਕੀ, ਆਪ ਰੱਖਿਆ ਕਰੋ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਸਤਿਗੁਰੂ ਪਾਤਸ਼ਾਹ ਜੀਓ। ਸਤਿਗੁਰੂ ਕਈ ਦਿਨਾਂ ਤੋਂ ਲੈ ਕੇ ਪਰਿਵਾਰ ਨੇ ਮਨ ਕਰਕੇ, ਤੰਗ ਕਰਕੇ, ਧੰਨ ਕਰਕੇ ਆਪਦੇ ਦਰਾਂ ਦੀ, ਆਪਦੇ ਪਾਵਨ ਪਵਿੱਤਰ ਚਰਨਾਂ ਦੀ ਅਤੇ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕੀਤੀ ਕਰਦੇ ਆ ਰਹੇ ਨੇ। ਦਿਲ ਦਾ ਮਾਨ ਬਖਸ਼ਣਾ ਸੱਚੇ ਪਾਤਸ਼ਾਹ ਬੇਅੰਤ ਅਨੁਦਾਨ ਉਸ ਗੁਰਸਿੱਖ ਪਿਆਰੇ ਦੀ ਯਾਦ ਵਿੱਚ ਪਰਿਵਾਰ ਵੱਲੋਂ ਕੀਤਾ ਗਿਆ, ਅਨੁਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ ਉਹਨਾਂ ਦੇ ਜੀਵਨ ਵਿੱਚ ਸਹਾਈ ਹੋਵੇ, ਭਲਾ ਕਰਨਾ ਸਤਿਗੁਰ ਜੀਓ। ਸੇਵਕ ਪਰਿਵਾਰ ਦੀ ਕੀਤੀ ਸੇਵਾ ਲੇਖੇ ਦੇ ਵਿੱਚ ਲਾਉਣੀ ਸਤਿਗੁਰ ਪਾਤਸ਼ਾਹ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਕਥਾ ਕੀਰਤਨ ਸਰਵਣ ਕਰਦੇ ਹਾਂ। ਬੇਅੰਤ ਸੰਗਤਾਂ ਨੇ ਸੱਚੇ ਪਾਤਸ਼ਾਹ ਜੀਓ ਗੁਰਸਿੱਖ ਪਿਆਰੇ ਦੀ ਯਾਦ ਵਿੱਚ ਜੁੜਦਿਆਂ ਹਾਜ਼ਰੀਆਂ ਭਰੀਆਂ, ਤਿਲਗੁਰ ਭੇਟਾਵਾਂ ਕੀਤੀਆਂ ਤਿਲਗੁਰ ਭੇਟਾਵਾਂ ਦਰ ਤੇ ਪ੍ਰਵਾਨ ਕਰਿਓ, ਕਬੂਲ ਕਰਿਓ, ਪ੍ਰਵਾਨ ਕਰਿਓ ਜੀਓ। ਸਤਿਗੁਰ ਪਾਤਸ਼ਾਹ ਕਦਮ ਕਦਮ ਆਈ ਸਾਧ ਸੰਗਤ ਲੇਖੇ ਦੇ ਵਿੱਚ ਲਾਉਣਾ, ਖਾਲੀ ਆਉਣਗੀਆਂ ਝੋਲੀਆਂ ਨਾਮ ਸਿਮਰਨ ਸੇਵਾ ਬਣ ਗਈ ਪਾ ਕੇ ਭਰਨੀਆਂ। ਸੱਚੇ ਪਾਤਸ਼ਾਹ ਸਭਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ, ਸਭਨਾਂ ਦੀਆਂ ਮਨੋਭਾਵਨਾ ਨੂੰ ਪੂਰਨ ਕਰਿਓ। ਸਤਿਗੁਰ ਪਾਤਸ਼ਾਹ ਕਿਆਨੇ ਭਰਪੂਰ ਕਰਨੇ, ਕਾਲ ਪੰਡ ਜ਼ਰੂਰ ਕਰਨੇ, ਸਮਾਪਤੀਆਂ ਦੇ ਸੰਬੰਧ ਨੂੰ ਮੁੱਖ ਰੱਖ ਕੇ ਪ੍ਰਕਾਸ਼ ਪ੍ਰਸ਼ਾਦ ਦੀ ਦੇਗ ਚਰਨਾਂ ਵਿੱਚ ਸਜਾ ਕੇ ਹਾਜ਼ਰ ਰੱਖੀਏ। ਅਸੀਂ ਆਉਣ ਵਾਲੇ ਪਿਆਰਿਆਂ ਤੋਂ ਹੋਈਆਂ ਸੂਖਸ਼ਮ ਭੁੱਲਾਂ ਦੀ ਕਿਵਾ ਕਰਨੀ, ਕਦੀ ਪਾਤਸ਼ਾਹ ਸੂਰਜ ਪਵਿੱਤਰਾ ਬੁਲਾ ਨੂੰ ਭੋਗਨ ਰਾਏ ਆਪ ਜੀ ਕਾ ਪ੍ਰਸ਼ਾਦ ਨੂੰ ਭੁੱਲਾ ਉਹ ਸੰਤ ਵਰਤਾਉਣ ਦੀ ਆਗਿਆ ਹੋਵੇ। ਸਤਿਗੁਰ ਪਾਤਸ਼ਾਹ ਜੀ ਉਹ ਸਾਰਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ, ਸਿਰ 'ਤੇ ਮਿਹਰ ਭਰਿਆ ਕਰਕੇ ਅੱਗੋਂ ਬਾਹਰ ਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਇਓ। ਆਈਆਂ ਸੰਗਤਾਂ ਨੂੰ ਇਲਾਹੀ ਅਤੇ ਪਵਿੱਤਰ ਗੁਰਮਾਨ ਸੁਣਾ ਕੇ ਕਿਰਪਾ ਕਰੋ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ, ਰਹਿੰਦੇ ਸਿੱਖਾਂ ਸੇਵਕਾਂ ਦੇ ਕਾਰਜ ਅੰਗ ਸੰਗ ਹੋ ਕੇ ਸੰਪੂਰਨ ਕਰਾ ਲੈਣੇ, ਆਪ ਜੀ ਦੇ ਦਰ 'ਤੇ ਜੋ ਜੀ ਚੱਲ ਕੇ ਆਵੇ ਮਨ ਮੰਗੀਆਂ ਮੁਰਾਦਾਂ ਪਾਵੇ, ਅੜੇ ਸਿਰ ਘੜੇ ਸਭ ਘੜੇ ਭਰੇ ਸੁੱਖ ਹੋ ਕੇ ਨਾਮ 'ਚ ਪਿਆਲਾ।
ਜੀਵਨ ਉਪਰੰਤ ਗੁਰੂ ਘਰ ਦੀ ਸੇਵਾ ਨਿਭਾਉਂਦੇ ਹੋਏ
ਭਗਤੀ ਤੇ ਸ਼ਕਤੀ ਦੇ ਸੁਨੇਹ ਜੋ ਸਾਡੇ ਪਰਿਵਾਰ ਦੇ ਮੁਖੀ ਮੈਂਬਰ ਸਨ, ਇਹ ਬੜੀ ਵੱਡੀ ਕਿਰਪਾ ਹੈ ਪਰਿਵਾਰ, ਕਿਉਂਕਿ ਤੀਰ ਸਿੰਘ ਦਾ ਪਰਿਵਾਰ ਜਿਨ੍ਹਾਂ 'ਚੋਂ ਜਿੱਥੇ ਸਾਡੇ ਸਰਕਾਰ ਦੇ ਵੀਰ ਬਚਿੱਤਰ ਸਿੰਘ ਸਰਪੰਚ ਨੇ ਸੇਵਾ ਨਿਭਾਈ ਹੈ, ਉੱਥੇ ਸਾਡੇ ਵੱਡੇ ਵੀਰ ਜਥੇਦਾਰ ਭੋਲਾ ਸਿੰਘ ਜੀ ਨੇ ਜੀਵਨ ਗ੍ਰੰਥ ਰਹਿੰਦੇ ਦਮ ਤੱਕ ਗੁਰੂ ਘਰ ਦੀਆਂ ਸੇਵਾਵਾਂ ਜੋ ਹਨ ਉਹ ਗੁਰਮੁਖ ਅਨੁਸਾਰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਨਿਭਾਈਆਂ ਨੇ। ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਬਾਬਾ ਜੀ ਨੇ ਜੋ ਸਾਡੇ ਪਰਿਵਾਰਕ ਮੈਂਬਰਾਂ ਨੇ ਵੀ ਬਾਬਾ ਬੂਟਾ ਸਿੰਘ ਜੀ ਗੁਰਤਰੀ ਵਾਲੇ ਇਹਨਾਂ ਨੇ ਬਹੁਤ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਕਿ ਜੀਵਨ ਦੀ ਜੋ ਯਾਤਰਾ ਹੈ ਉਹ ਸਿਰਫ ਬੰਦਗੀ ਦੀ ਹੈ, ਨਾਮ ਜਪਣ ਦੀ ਹੈ ਅਤੇ ਸੇਵਾ ਕਰਨ ਦੀ ਹੈ। ਸੋ ਗੁਰਬਾਣੀ ਸਾਨੂੰ ਸੇਧ ਦੇ ਰਹੀ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਸਵੇਰ ਵੇਲੇ ਤੋਂ ਹੀ ਸਾਡੇ ਐਮ ਐਲ ਏ ਸਰਦਾਰ ਦਰਸ਼ਨ ਸਿੰਘ ਸ਼ਿਵਾਲ ਉਹ ਵੀ ਹਾਜ਼ਰੀ ਲਵਾ ਕੇ ਗਏ ਸਨ। ਮਨਪ੍ਰੀਤ ਸਿੰਘ ਅਜਾਲੀ ਕਿਉਂਕਿ ਇਲੈਕਸ਼ਨ ਦਾ ਸਮਾਂ, ਉਹਨਾਂ ਦੇ ਬ੍ਰਦਰ ਹਾਫਿਜ਼ ਸਿੰਘ ਜੀ ਆਏ ਸਨ। ਉਸ ਤੋਂ ਬਾਅਦ ਸਾਡੇ ਵਿੱਚ ਬਹੁਤ ਹੀ ਸਨਮਾਨਯੋਗ ਜੋ ਬਸੰਤ ਸਿੰਘ ਖਾਲਸਾ ਦੇ ਬੇਟੇ ਹਨ ਉਹ ਵੀ ਸੇਰੇ ਪਰਿਵਾਰ ਕੋਲ ਆ ਕੇ ਗਏ ਨੇ, ਔਰ ਸਾਡੇ ਵੀਰ ਗੁਰਵੇਰ ਸਿੰਘ ਜੀ ਔਰ ਅੰਤੇ ਵੀਰ ਸਾਡੇ ਬੈਠੇ ਹਨ। ਕੇਤਲੀ ਸਾਹਿਬ ਇਹ ਸਾਡੇ ਗੁਆਂਢੀ ਮੈਂਬਰ ਨੇ, ਸਾਡੇ ਨਗਰ ਦੇ ਨੇ, ਹੋਰ ਬੜੇ ਪਰਵੰਤੇ ਸੱਜਣ ਨੇ। ਹਰਪ੍ਰੀਤ ਸਿੰਘ ਸ਼ਿਵਾਲਕ ਜੀ ਖਾਲਕ ਸਾਹਿਬ ਦੇ ਬੇਟੇ ਉਹ ਬੇਸ਼ੱਕ ਸਵੇਰੇ ਹਾਜ਼ਰੀ ਲਾ ਗਏ ਸਨ ਪਰ ਉਹ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਬੈਠੇ ਨੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਬੇਨਤੀ ਕੀਤੀਆਂ ਸੀ, ਹਰਪ੍ਰੀਤ ਕਹਿਣ ਲੱਗੇ ਵੀ ਤੁਸੀਂ ਹੀ ਸਮਾਂ ਲਾ ਦਿਓ। ਸੋ ਜ਼ਿਆਦਾ ਸਮਾਂ ਆਪਾਂ ਦੇਗ ਵਰਤਰੀ ਹੈ ਕਿਉਂਕਿ ਸਿੰਘ ਦੇਗ ਵਰਤਾਉਣ ਲੱਗ ਗਏ ਹਨ। ਸੋ ਆਏ ਸਾਰੀਆਂ ਸਭਾ ਸੁਸਾਇਟੀਆਂ ਤੋਂ ਆਏ ਨੇ, ਸਿੰਘ ਅੰਮ੍ਰਿਤਸਰ ਸਿੰਘ ਜਿੱਥੇ ਤੋਂ ਪ੍ਰਿੰਸੀਪਲ ਸਿੰਘ ਜੀ ਬੈਠੇ ਨੇ, ਹੋਰ ਸੇਵਾ ਸੁਸਾਇਟੀਆਂ ਬਹੁਤ ਹਨ ਜੋ ਤੁਹਾਡੀ ਅਰਦਾਸ ਦਾ ਸਦਕਾ ਗੁਰੂ ਸਾਹਿਬ ਜੀ ਨੇ ਫੈਸਲਾ ਸੁਣਾਇਆ। ਮੈਂ ਇੱਕ ਗੱਲ ਭੁੱਲ ਗਿਆ, ਕਿਉਂਕਿ ਜਿਹਦੇ ਨਾਲ ਅਸੀਂ ਸੰਸਕਾਰ ਕੀਤਾ ਸੀ ਨਾ ਜਿਹਦਾ ਭੋਲਾ ਸਿੰਘ ਦਾ, ਉਦੋਂ ਵੀ ਗੁਰੂ ਸਾਹਿਬ ਜੀ ਨੇ ਇਹੀ ਫੈਸਲਾ ਦਿੱਤਾ ਸੀ, ਆ ਕੇ ਸੁੱਖ ਮੇਰੇ ਮਿੱਤਾ ਪਾਛੇ ਅਨੁ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤ ਹੁ ਨਾਹੀ। ਅੱਜ ਵੀ ਗੁਰੂ ਸਾਹਿਬ ਜੀ ਨੇ ਸੰਗਤ ਦੀ ਅਰਦਾਸ ਦੇ ਵਿੱਚ ਇਹੀ ਫੈਸਲਾ ਦਿੱਤਾ, ਆ ਕੇ ਸੁੱਖ ਮੇਰੇ ਮਿੱਤਾ ਪਾਛੇ ਅਨੁ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤ ਹੁ ਨਾਹੀ, ਕਿਉਂਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਬੰਦਿਆ। ਆਈਆਂ ਸਾਰੀਆਂ ਸਭਾ ਸੁਸਾਇਟੀਆਂ ਦਾ ਔਰ ਪਤੰਤਿਆਂ ਦਾ ਸਾਰੇ ਪਰਿਵਾਰਾਂ ਦੀ ਆਇਆ। ਮੈਂ ਜਸਦਾ ਰਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇੱਕ ਮਿੰਟ ਵੀ ਉਹ ਵੀ ਹਾਜ਼ਰੀ ਲਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੰਘ ਸਭਾ ਵੱਲੋਂ ਬੇਟੇ ਦੀ ਜਸਾਲ ਭੇਟ ਕੀਤੀ ਜਾ ਰਹੀ ਹੈ ਔਰ ਬਾਬਾ ਦੀਪ ਸਿੰਘ ਹੋਰਨਾਂ ਵੱਲੋਂ ਵੀ ਬਾਬਾ ਜੀ ਆਏ ਹੋਏ ਉਹਨਾਂ ਵੱਲੋਂ ਵੀ ਦਸਤਾਰ ਆਈ ਹੋਈ ਹੈ, ਬੇਟੇ ਨੂੰ ਬੇਨਤੀ ਹੈ ਕਿ ਉਹ ਆਣ ਕੇ ਲੈ ਲੈਣ। ਵਾਹਿਗੁਰੂ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਜੀ ਗੋਦ ਦੇ ਵਿੱਚ ਬੈਠੀ ਸਮੁੱਚੀ ਸਾਧ ਸੰਗਤ ਅੱਜ ਸਾਡੇ ਤੋਂ ਪਿਛੜਿਆ ਹੋਇਆ ਮੇਰਾ ਛੋਟਾ ਵੀ ਆਪਾਂ ਉਹਨਾਂ ਦੇ ਹੱਕ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਫਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਆਣਿਆਂ ਦਾ ਕਥਨ ਹੈ ਕਿ ਦੁੱਖ ਦੇ ਵਿੱਚ ਸਾਂਝ ਪਾਈਏ ਤਾਂ ਦੁੱਖ ਘਟ ਜਾਂਦਾ, ਸੁੱਖ ਦੇ ਵਿੱਚ ਸਾਂਝ ਪਾਈਏ ਤਾਂ ਸੁੱਖ ਵੱਧ ਜਾਂਦਾ। ਮੈਂ ਸਮੁੱਚੀ ਸਾਧ ਸੰਗਤ ਦਾ, ਵੱਖ ਵੱਖ ਪਾਰਟੀਆਂ ਤੋਂ ਆਏ ਹੋਏ ਸੱਜਣਾਂ ਮਿੱਤਰਾਂ ਦਾ, ਸਮੁੱਚੇ ਮਾਈ ਭਾਈ ਸਮੁੱਚੀ ਸੰਗਤ ਦਾ, ਸਾਰੇ ਸਾਡੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਕਿ ਜਿਹੜੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ, ਉਹ ਸਾਡੇ ਅੰਤਮ ਅਰਦਾਸ ਦੇ ਵਿੱਚ ਜਿਸ ਜਰਨੈਲ ਦੇ ਤੁਸੀਂ ਸ਼ਾਮਿਲ ਹੋਏ ਹੋ ਉਹ ਦੋ ਚੀਜ਼ਾਂ ਲੈ ਕੇ ਗਿਆ ਨੇ ਅਤੇ ਬੰਦੇ ਕੋਲ ਇੱਕ ਹੀ ਜਾਂਦੀ ਹੈ। ਉਹਨੇ ਇੱਕ ਤਾਂ ਗੁਰੂ ਵਾਲਾ ਬਣ ਕੇ ਅਤੇ ਉਸ ਦੀ ਸੇਵਾ ਕਮਾਈ, ਫਿਰ ਉਹਨੇ ਦੋਨੋਂ ਟਾਈਮ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ। ਦੋ ਚੀਜ਼ਾਂ ਕੋਈ ਕੋਈ ਮਨੁੱਖ ਲੈ ਕੇ ਜਾਂਦਾ, ਇਸ ਕਰਕੇ ਵੀ ਆਪਾਂ ਜਿਹੜੇ ਉਸਦੀ ਅਰਦਾਸ ਸ਼ਾਮਿਲ ਹੋਏ ਹਾਂ ਸਾਰੇ ਸਮੁੱਚੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ। ਹੋਰ ਜ਼ਰੂਰੀ ਬੇਨਤੀ ਇੱਕ ਹੋਰ ਹੈ,
ਸਾਡੇ ਪਰਿਵਾਰ ਦੀ ਮੰਨਣੀ ਜ਼ਰੂਰ ਹੈ। ਤੁਸੀਂ ਦੇਗ ਲੈਣ ਤੋਂ ਉਪਰੰਤ ਗੁਰੂ ਦਾ ਲੰਗਰ ਤਿਆਰ ਹੈ, ਛਕਣ ਬਗੈਰ ਕਿਸੇ ਨੇ ਵੀ ਜਾਣਾ ਨਹੀਂ, ਉਹ ਇਹ ਸਾਡੀ ਬੇਨਤੀ ਪਰਿਵਾਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਜਥੇਦਾਰ ਭੋਲਾ ਸਿੰਘ ਦੇ ਪਰਿਵਾਰ ਤੋਂ ਮੁਖੀ ਮੈਂਬਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਿੰਘ ਸਭਾ ਜਿਹਨਾਂ ਸਾਰਿਆਂ ਆਏ ਪੰਕਿਆਂ ਦਾ ਕਾਰਨ ਅਤੇ ਬੋਲੇ ਸੋਹਣਿਆ।